ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਪੈਕਟ ਵਾਲਾ neck ਲਗਾਉਣ ਦਾ ਬਿਲਕੁਲ ਸਹੀ ਤਰੀਕਾ ਠੀਕ ਆ ਤੇ ਇਹਦੇ ਵਿੱਚ ਤੁਹਾਨੂੰ ਮੈਂ ਵੀ ਦੱਸਾਂਗੀ ਕਿ ਆਪਾਂ ਨੂੰ ਕਿੰਨੇ ਇੰਚ ਦਾ ਗਲਾ ਯੂਜ਼ ਕਰਨਾ ਚਾਹੀਦਾ ਆ ਕਈ ਪੈਕਟ ਵਾਲੇ neck ਹੁੰਦੇ ਆ ਬਹੁਤ ਜ਼ਿਆਦਾ ਲੰਬਾਈ ਵਿੱਚ ਆਉਂਦੇ ਆ ਉਹਨਾਂ ਦੀ ਕਟਾਈ ਕਰਨੀ ਪੈਂਦੀ ਆ ਇਹ ਜਿਹੜਾ ਮੇਰੇ ਕੋਲ ਮੀਡੀਅਮ ਸਾਈਜ਼ ਦਾ neck ਆ ਤੇ ਇਹਦੀ ਲੰਬਾਈ ਤੁਸੀਂ ਦੇਖ ਸਕਦੇ ਹੋ ਅੰਦਰ ਵਾਲੀ ਸਾਈਡ ਤੋਂ 7 ਇੰਚ ਆ ਤੇ ਤਿਆਰ ਹੋਣ ਤੋਂ ਬਾਅਦ ਇਹ 6.5 ਇੰਚ ਰਹਿ ਜਾਣਾ ਹੈ ਆਪਣੇ ਕੋਲ ਇੰਨਾ ਕੁ ਗਲਾ ਆਪਣਾ ਕਾਫੀ ਹੁੰਦਾ ਆ ਫਰੰਟ neck ਅਗਲਾ ਗਲਾ ਜਿਹੜਾ ਹੁੰਦਾ ਆ ਬੈਕ neck ਤੁਸੀਂ ਡੀਪ ਕਰ ਸਕ ਜੇ ਛਾਤੀ ਦਾ ਨਾਪ 21 ਇੰਚ ਤੋਂ ਵੱਧਿਆ ਫਿਰ ਤੁਸੀਂ ਥੋੜੇ ਜਿਹੇ ਵੱਡੇ ਗਲੇ ਯੂਜ਼ ਕਰਨੇ ਆ ਜਿਤਨਾ ਇਹ 7 ਇੰਚ ਆ ਆਪਾਂ 7.5 ਇੰਚ ਤੱਕ ਦਾ ਗਲਾ ਯੂਜ਼ ਕਰਨਾ ਆ ਅਗਰ ਆਪਣੀ 21 ਇੰਚ ਤੋਂ ਛਾਤੀ ਜ਼ਿਆਦਾ ਆ ਠੀਕ ਆ ਤੇ ਇਹ ਪੂਰਾ 21 ਇੰਚ ਜਿਹੇ ਛਾਤੀ ਜਿੱਦਾ ਮੈਂ ਸੂਟ ਸਿੰਦੀ ਪਈ ਆ ਤੇ ਇਸ ਕਰਕੇ ਮੈਂ ਇਹੋ ਹੀ ਗਲਾ ਇਹਦੇ ਵਿੱਚ ਯੂਜ਼ ਕਰੂੰਗੀ ਤੇ ਇਹਨੂੰ ਲਗਾਉਣ ਦਾ ਤਰੀਕਾ ਵੀ ਸਿੰਪਲ ਆ ਬਸ ਇਦਾਂ ਰੱਖ ਕੇ ਆਪਾਂ ਅੱਧਾ ਦਾ ਇੰਚ ਕਪੜਾ ਛੱਡਣਾ ਹੁੰਦਾ ਸਾਈਡਾਂ ਤੇ ਤੇ ਗਲੇ ਨੂੰ ਇਦਾਂ ਆਪਾਂ ਰੱਖ ਕੇ ਤੇ ਇਹਦੀ ਆਪਾਂ ਸਾਈਡ ਤੇ ਇੱਕ ਸिलाई ਲਗਾ ਲੈਣੀ ਆ ਉਸ ਤੋਂ ਬਾਅਦ ਆਪਣੇ ਕਮੀਜ਼ ਦੇ ਨਾਲ ਇਹਨੂੰ ਜੋੜ ਲੈਣਾ ਆ ਠੀਕ ਤੇ ਫਰੈਂਡਸ ਅਗਰ ਤੁਸੀਂ ਬਿਗਨਰ ਹੋ ਸੋ ਫਿਰ ਤੁਸੀਂ ਕੀ ਕਰਨਾ ਕਿ ਇੱਥੇ ਇਹ ਗਲੇ ਨੂੰ ਪ੍ਰੈਸ ਨਾਲ ਜੋੜ ਲਿਓ ਠੀਕ ਹੈ ਬਿਗਨਰਸ ਨੂੰ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਸਲਾਈ ਮਾਰ ਕੇ ਗਲਾ ਜੋੜਨ ਵਿੱਚ ਫਿਰ ਤੁਸੀਂ ਪ੍ਰੈਸ ਦੇ ਨਾਲ ਵੀ ਜੋੜ ਸਕਦੇ ਹੋ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਜਦੋਂ ਆਪਾਂ ਪ੍ਰੈਸ ਮਾਰਨੀ ਹੈ ਗਲੇ ਦੇ ਉੱਪਰ ਤੇ ਫਿਰ ਇੱਕ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਕਿ ਆਪਾਂ ਗਲੇ ਨੂੰ ਖਿੱਚਣਾ ਨਹੀਂ ਆ ਜਿੱਦਾਂ ਜਿੱਦਾਂ ਆਪਣਾ ਗਲਾ ਹੈਗਾ ਆ ਬਸ ਆਪਾਂ ਇਦਾਂ ਹੀ ਰੱਖ ਕੇ ਇਹਦੇ ਉੱਤੇ ਆਪਾਂ ਪ੍ਰੈਸ ਮਾਰ ਲੈਣੀ ਆ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਆਪਾਂ ਸਲਾਈ ਲਗਾ ਕੇ ਇਹਨੂੰ ਫੋਲਡ ਕਰ ਲੈਣਾ ਇਸ ਤੋਂ ਬਾਅਦ ਫਰੈਂਸ ਆਪਾਂ ਗਲੇ ਦਾ ਕਰਨਾ ਆ ਸੈਂਟਰ ਇਸ ਤਰੀਕੇ ਦੇ ਨਾਲ ਠੀਕ ਹੈ ਤੇ ਇੱਥੇ ਆਪਾਂ ਆਪਾਂ ਮਾਰਕਰ ਦੇ ਨਾਲ ਇਹਦਾ ਮਾਰਕਿੰਗ ਕਰ ਲਈ ਠੀਕ ਆ ਸੈਂਟਰ ਕਰ ਲੈਣਾ ਹੈ ਹੁਣ ਆਪਾਂ ਇਸ ਤੋਂ ਬਾਅਦ ਆਪਣੇ ਕਮੀਜ਼ ਦਾ ਸੈਂਟਰ ਕਰ ਲੈਣਾ ਹੈ ਉੱਪਰ ਵਾਲੇ ਗਲੇ ਦਾ ਠੀਕ ਆ ਫਰੰਟ ਵਾਲੇ ਗਲ ਇਦਾਂ ਕਰਕੇ ਆਪਾਂ ਤੇ ਇੱਥੇ ਵੀ ਪਹਿਲਾਂ ਕੱਟ ਲਗਾ ਲਾਂਗੇ ਠੀਕ ਆ ਇਸ ਤਰੀਕੇ ਨਾਲ ਬਿਲਕੁਲ ਸੈਂਟਰ ਵਿੱਚ ਫੜ ਕੇ ਤੇ ਆਪਾਂ ਇੱਥੇ ਲਗਾ ਲੈਣਾ ਹੈ ਕੱਟ ਇਹ ਤੋਂ ਬਾਅਦ ਆਪਾਂ ਫਰੰਟ ਵਾਲੀ ਸਾਈਡ ਨੂੰ ਫੋਲਡ ਕਰਨਾ ਹੈ ਇਦਾਂ ਬਿਲਕੁਲ ਬਰਾਬਰ ਕਰਕੇ ਫਰੈਂਡਸ ਇਹ ਆਪਣੇ ਕੋ ਲਾਈਨਿੰਗ ਵਾਲਾ ਸੂਟ ਆ ਤੇ ਚਾਹੇ ਇਸ ਕਰਕੇ ਇਹਨੂੰ ਸੈੱਟ ਕਰਨਾ ਥੋੜਾ ਡਿਫਿਕਲਟ ਹੁੰਦਾ ਪਿਆ ਆ ਬਟ ਫਰੈਂਡਸ ਚਾਹੇ ਸਿੰਪਲ ਸੂਟਾ ਚਾਹੇ ਲਾਈਨਿੰਗ ਵਾਲਾ ਸੂਟ ਆ ਗਲਾ ਲਗਾਉਣ ਦਾ ਤਰੀਕਾ ਬਿਲਕੁਲ ਸੇਮ ਆ ਦੇਖੋ ਪਹਿਲਾਂ ਆਪਾਂ ਕੱਟ ਲਗਾ ਲਿਆ ਤੋਂ ਬਾਅਦ ਸਿੱਧੀ ਸਾਈਡ ਕਰਕੇ ਤੇ ਆਪਾਂ ਮਾਰਕਰ ਲੈਣਾ ਆ ਤੇ ਮਾਰਕਰ ਦੇ ਨਾਲ ਸੈਂਟਰ ਵਿੱਚ ਨਿਸ਼ਾਨੀ ਲਾ ਲੈਣੇ ਦੇਖੋ ਫਰੈਂਡਸ ਪੂਰਾ ਆਪਾਂ ਬਿਲਕੁਲ ਮੋਢਿਆਂ ਤੋਂ ਵੀ ਬਰਾਬਰ ਰੱਖਣਾ ਪੂਰਾ ਕਪੜਾ ਬਰਾਬਰ ਹੋਣਾ ਚਾਹੀਦਾ ਸੈਂਟਰ ਹੋਣਾ ਚਾਹੀਦਾ ਆ ਇਸ ਤੋਂ ਬਾਅਦ ਆਪਾਂ ਸੈਂਟਰ ਦੀ ਨਿਸ਼ਾਨੀ ਲਾਉਣੀ ਆ ਓਕੇ ਤੇ ਮਾਰਕਰ ਦੇ ਨਾਲ ਮੈਂ ਸੈਂਟਰ 'ਚ ਨਿਸ਼ਾਨੀ ਲਾ ਲਈ ਨਿਸ਼ਾਨੀ ਲਾਉਣ ਤੋਂ ਬਾਅਦ ਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹਨੂੰ ਖੋਲ ਲਾਂਗੇ ਇਸ ਤਰੀਕੇ ਦੇ ਨਾਲ ਤੇ ਬਿਲਕੁਲ ਸੈਂਟਰ ਦੇ ਨਾਲ ਸੈਂਟਰ ਮਿਲਾ ਕੇ ਆਪਾਂ ਜਿਹੜਾ ਨੈਕ ਆ ਇਹਨੂੰ ਰੱਖ ਲਾਂਗੇ ਇਸ ਤਰੀਕੇ ਦੇ ਨਾਲ ਤੇ ਇੱਥੇ ਮੈਂ ਦੋ ਪਿੰਨਾ ਯੂਜ਼ ਕਰੂੰਗੀ ਤੁਸੀਂ ਚਾਹੋ ਤੇ ਸੂਈ ਤਾਂ ਅਗਨਾ ਕੱਚਾ ਵੀ ਕਰ ਸਕਦੇ ਹੋ ਬਟ ਪਿੰਨਾ ਨਾਲ ਥੋੜਾ ਜਿਹਾ ਸੌਖਾ ਹੋ ਜਾਂਦਾ ਦੇਖੋ ਪਹਿਲਾਂ ਆਪਾਂ ਇੱਕ ਪਿੰਨ ਉੱਪਰ ਲਗਾ ਲੈਣੀ ਆ ਉਸ ਤੋਂ ਬਾਅਦ ਨੀਚੋਂ ਸੈਂਟਰ ਕਰਕੇ ਤੇ ਆਪਾਂ ਇੱਥੇ ਵੀ ਇੱਕ ਪਿੰਨ ਲਗਾ ਲੈਣੀ ਹੈ ਤਾਂ ਕਿ ਆਪਣਾ ਗਲਾ ਸੈਂਟਰ ਤੋਂ ਹILLE ਨਾ ਠੀਕ ਹੈ ਪਿੰਨ ਲਗਾਉਣੀਆਂ ਜ਼ਰੂਰੀ ਹੁੰਦੀਆਂ ਕੱਚਾ ਕਰਨਾ ਜ਼ਰੂਰੀ ਹੁੰਦਾ ਆ ਉਹ ਇਸ ਕਰਕੇ ਕਿ ਆਪਣਾ ਗਲਾ ਜਿਹੜਾ ਵਿੰਗਾ ਟੇਡਾ ਨਾ ਜਾਵੇ ਠੀਕ ਆ ਸਿੱਧਾ ਸਿੱਧਾ ਆਪਣਾ ਗਲਾ ਜਿਹੜਾ ਬਣ ਕੇ ਤਿਆਰ ਹੋ ਜਾਏ ਤੇ ਫਰੈਂਸ ਚਾਹੇ ਕਿਸੇ ਵੀ ਸ਼ੇਪ ਦਾ ਤੁਸੀਂ ਗਲਾ ਬਣਾਓ ਸਾਰਿਆਂ ਦਾ ਤਰੀਕਾ ਇਹੋ ਹੀ ਹੁੰਦਾ ਆ ਤੇ ਲੰਬਾਈ ਦਾ ਧਿਆਨ ਤੁਸੀਂ ਜਰੂਰ ਰੱਖਿਓ ਅਗਰ ਤੁਹਾਡੀ ਛਾਤੀ 21 ਇੰਚ ਤੋਂ ਵੱਧ ਦੀ ਆ ਫਿਰ ਤੁਸੀਂ ਜਿਹੜਾ ਗਲਾ ਆ 7.5 ਇੰਚ ਵਾਲਾ ਲਾਉਣਾ ਆ ਠੀਕ ਆ ਤੇ 7.5 ਵਾਲਾ ਗਲਾ ਲਗਾਓਗੇ ਤੁਹਾਡਾ 7 ਇੰਚ ਗਲਾ ਤਿਆਰ ਹੋਣਾ ਆ ਇਹ ਮੇਰਾ 7 ਇੰਚ ਗਲਾ ਮੇਰਾ 6.5 ਤਿਆਰ ਹੋਣਾ ਬੜਾ ਵਧੀਆ ਪਰਫੈਕਟ ਆ ਜਾਂਦਾ 21 ਇੰਚ ਤੱਕ 18 19 20 21 ਤੱਕ ਇਹ ਜਿਹੜਾ ਗਲਾ ਤੁਸੀਂ ਲਗਾ ਸਕਦੇ ਓਕੇ 18 19 20 ਤੱਕ ਆਪਾਂ 6.5 ਵਾਲਾ ਗਲਾ ਲਗਾਉਣਾ ਮਤਲਬ 7 ਇੰਚ ਵਾਲਾ ਜਿਆ ਤਿਆਰ 6.5 ਹੈ ਇਤੋਂ ਵੱਡੇ ਜਿਹੜੇ ਸਾਈਜ਼ ਆ ਉੱਤੇ ਉਹਨਾਂ ਦੇ ਉੱਤੇ ਤੁਸੀਂ ਜਿਹੜਾ 7.5 ਤੋਂ 8 ਇੰਚ ਵਾਲਾ ਗਲਾ ਵੀ ਲਗਾ ਸਕਦੇ ਜਿਹਨਾਂ ਦੀ ਜ਼ਿਆਦਾ ਹੀ ਛਾਤੀ ਭਾਰੀ ਹੁੰਦੀ ਆ ਉੱਤੇ ਤੁਸੀਂ 8 ਇੰਚ ਵਾਲਾ ਗਲਾ ਵੀ ਲਗਾ ਸਕਦੇ ਓਕੇ ਹੁਣ ਆਪਾਂ ਕੀ ਕਰਨਾ ਆ ਫਰੈਂਸ ਇਹ ਡੇਡੇ ਗਲੇ ਨੂੰ ਇਦਾਂ ਆਪਾਂ ਅੰਦਰ ਨੂੰ ਫੋਲਡ ਕਰਨਾ ਆ ਇਦਾਂ ਤੇ ਇਹਦੇ ਉੱਤੇ ਆਪਾਂ ਇੱਕ ਕੱਚੀ ਸਲਾਈ ਲਗਾ ਲੈਣੀ ਆ ਤੇ ਠੀਕ ਆ ਅੱਧਾ ਇੰਚ ਗੈਪ ਛੱਡ ਕੇ ਸਲਾਈ ਲਗਾਉਣੀ ਆ ਬਾਅਦ ਵਿੱਚ ਆਪਾਂ ਇੱਥੇ ਤਰਪਾਈ ਕਰ ਲਾਂਗੇ ਠੀਕ ਆ ਤੇ ਇਹ ਦੇਖੋ ਇਸ ਤਰੀਕੇ ਦੇ ਨਾਲ ਬਿਲਕੁਲ ਆਪਾਂ ਬਰਾਬਰ ਬਰਾਬਰ ਕਰਕੇ ਤੇ ਇਹਨੂੰ ਇਸ ਤਰੀਕੇ ਨਾਲ ਸਾਰਾ ਕਪੜਾ ਅੰਦਰ ਸਫਾਈ ਦੇ ਨਾਲ ਫੋਲਡ ਕਰਨਾ ਆ ਬਿਲਕੁਲ ਜਿਹੜਾ ਵਾਈਟ ਕਪੜਾ ਬਾਹਰ ਨਜ਼ਰ ਆਉਣਾ ਚਾਹੀਦਾ ਠੀਕਾ ਤੇ ਇਸ ਤਰੀਕੇ ਦੇ ਨਾਲ ਆਪਾਂ ਇੱਥੇ ਕੱਚੀ ਸਲਾਈ ਮਾਰ ਲਈ ਆ ਤੇ ਬਹੁਤ ਹੀ ਆਪਣਾ ਫਿਨਿਸ਼ਿੰਗ ਦੇ ਨਾਲ ਜਿਹੜਾ ਨੈੱਕ ਆ ਬਣਿਆ ਆ ਤੇ ਫਰੈਂਡਸ ਤੁਹਾਨੂੰ ਨੈੱਕ ਬਣਾਉਂਦਾ ਤੁਹਾਨੂੰ ਇਹ ਤਰੀਕਾ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡ ਤੱਕ ਸਾਡੀ ਆਉਣ ਵਾਲੀ ਹਰਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਇਹ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ